ਸਲੀਮ ਜੀ, ਪਹਿਲੇ ਵੇਖਿਆ ਨਾ ਜੀ, ਰਾਜਨੀਤੀ ਵਿੱਚ ਗਰਮਾਹਟ ਹੁੰਦੀ ਸੀ, ਰਾਜਨੀਤੀ ਗਰਮਾਉਂਦੀ ਸੀ, ਪਰ ਅੱਜ ਕੱਲ੍ਹ ਤੁਸੀਂ ਵੇਖਦੇ ਹੋ ਕਲਾਕਾਰ ਵੀ ਗਰਮਾਉਣ ਲੱਗ ਗਏ ਨੇ ਆਪਸ ਵਿੱਚ। ਥੋੜ੍ਹੇ ਸਮੇਂ ਪਹਿਲੇ ਗੱਲ ਕਰੀਏ ਤਾਂ ਇੱਕ ਦੂਜੇ ਨੂੰ ਚੈਲੰਜ ਕਰਤਾ ਕਰ ਦਿੰਦੇ ਨੇ, ਕੀ ਸਮਝਦੇ ਹੋ ਇੱਕ ਬੜਾ ਪਵਿੱਤਰ ਸਮਝਿਆ ਜਾਂਦਾ ਸੀ ਸੰਗੀਤ ਨੂੰ, ਉਹਦੇ ਵਿੱਚ ਇਸ ਤਰੀਕੇ ਦੀ ਚੀਜ਼ ਲੈ ਕੇ ਆਉਣਾ? ਭਾਅ ਜੀ, ਮੈਂ ਉਹਨਾਂ ਬਾਰੇ ਗੱਲ ਹੀ ਨਹੀਂ ਕਰਦਾ, ਬਿਕੋਜ਼ ਮੈਂ ਉਹਨਾਂ ਵਿੱਚੋਂ ਹੈ ਹੀ ਨਹੀਂ, ਮੈਂ ਉਹਨਾਂ ਦੇ ਨਾਲ ਦਾ ਹੀ ਨਹੀਂ। ਉੱਦਾਂ ਉਹ ਮੇਰੇ ਸਾਰੇ ਭਰਾ ਨੇ, ਪਰ ਜਿਹੜੀ ਇਹ ਗੱਲ ਹੈ ਕਿ ਜੀ ਉਹਨੇ ਉਹਨੂੰ ਕਹਿਤਾ, ਉਹਨੇ ਉਹਨੂੰ ਚੈਲੰਜ ਕਰਤਾ, ਉਹਨੇ ਆਹ ਕਰਤਾ, ਮੈਂ ਇਸ ਗੱਲ ਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਜੋ ਜਿੱਦਾਂ ਕਰੇਗਾ ਉਹ ਉੱਦਾਂ ਹੀ ਉਹ ਕਰੇਗਾ, ਹੈ ਨਾ। ਸੋਸ਼ਲ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ, ਬਹੁਤ ਸਟਾਰ ਇਹਨੇ ਦਿੱਤੇ ਨੇ ਅੱਜ ਦੇ ਟਾਈਮ ਦੀ ਗੱਲ ਕਰੀਏ ਆਪਾਂ, ਕੀ ਸਮਝਦੇ ਹੋ ਇਹ ਇੱਕ ਜਿਸ ਤਰੀਕੇ ਨਾਲ ਤੁਹਾਡੀ ਗੱਲ ਕਰ ਲੈਂਦੇ ਹਾਂ, ਪਹਿਲੇ ਆਪਾਂ ਇੱਕ ਬੜਾ ਲੰਬਾ ਸਫ਼ਰ ਰਿਹਾ ਹੈ ਬੋਲੀਵੁੱਡ ਤੱਕ ਦੀ ਗੱਲ ਕਰ ਲਈ ਆਪਾਂ, ਇੱਕ ਇਸ ਤਰੀਕੇ ਨਾਲ ਸਟਾਰ ਬਣਦੇ ਨੇ ਜਿਹੜੇ ਕਿ ਇੱਕਦਮ ਸਾਹਮਣੇ ਆਉਂਦੇ ਨੇ, ਕੀ ਸਮਝਦੇ ਹੋ? ਉਹ ਸਟਾਰ ਨਹੀਂ ਹੈ, ਅਸੀਂ ਵੀ ਸਟਾਰ ਨਹੀਂ ਹੈ, ਅਸੀਂ ਸੇਵਕ ਹਾਂ ਦੁਨੀਆ ਦੇ, ਅਸੀਂ ਦਾਸ ਹਾਂ ਦੁਨੀਆ ਦੇ, ਅਸੀਂ ਸੇਵਾ ਕਰ ਰਹੇ ਹਾਂ ਦੁਨੀਆ ਦੀ, ਉਹ ਸਟਾਰ ਹੋਣਗੇ, ਮੈਂ ਨਹੀਂ, ਮੈਂ ਤਾਂ ਸੇਵਕ ਹਾਂ। ਸੋ ਮੈਂ ਸਿਰਫ ਆਪਣੀ ਗੱਲ ਕਰਨਾ, ਕਿਹੜਾ ਕਿਸੇ ਨੂੰ ਚੈਲੰਜ ਕਰ ਰਿਹਾ, ਕਿਹੜਾ ਨਹੀਂ ਕਰ ਰਿਹਾ, ਇਹ ਉਹਨਾਂ 'ਤੇ ਡਿਪੈਂਡ ਹੈ। ਆਹ ਮੇਰੇ ਕੋਲ ਮੋਬਾਈਲ ਆ, ਮੈਂ ਮੋਬਾਈਲ 'ਤੇ ਐਂ ਕਰਕੇ ਥੋੜ੍ਹਾ ਜਿਹਾ ਨਖਰੇ ਨੁਖਰੇ ਜਿਹੇ ਕਰਕੇ ਵੀਡੀਓ ਪਾ ਦੇਵਾਂ, ਉਹ ਚੱਲ ਜਾਣੇ ਆ ਮੋਬਾਈਲ 'ਤੇ ਜਾਂ ਸੋਸ਼ਲ ਮੀਡੀਆ 'ਤੇ। ਜਦੋਂ ਸਟੇਜ 'ਤੇ ਜਾਣਾ ਹੈ ਉਦੋਂ ਤਾਂ ਸਿਰਫ ਇਹ ਗਾਣਾ ਹੀ ਚੱਲਦਾ, ਮਿਹਨਤ ਚੱਲਦੀ। ਸੰਗੀਤ ਦੀ ਦੁਨੀਆ ਦੇ ਮਹਾਨ ਕਲਾਕਾਰ ਦੀ ਗੱਲ ਕਰੀਏ ਆਪਾਂ, ਮਾਸਟਰ ਸਲੀਮ ਜੀ ਅੱਜ ਫਰੀਦਕੋਟ ਵਿੱਚ ਪਹੁੰਚੇ ਹੋਏ ਨੇ, ਗੱਲਬਾਤ ਕਰਾਂਗੇ ਇਹਨਾਂ ਨਾਲ। ਸਲੀਮ ਜੀ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਸੰਗੀਤ ਬਾਰੇ, ਹੁਣ ਕੀ ਕੁਛ ਚੱਲ ਰਿਹਾ, ਅੱਗੇ ਕੀ ਕੁਛ ਸੋਚਿਆ ਹੋਇਆ? ਸਭ ਤੋਂ ਪਹਿਲਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਦੈਨਿਕ ਸਵੇਰਾ ਦਾ, ਜੋ ਕਿ ਮੇਰਾ ਆਪਣਾ ਚੈਨਲ ਹੈ, ਕਿਉਂਕਿ ਇਹਦੇ ਜਿਹੜੇ ਮਾਲਕ ਨੇ ਉਹ ਮੇਰੇ ਬਹੁਤ ਅੱਛੇ ਦੋਸਤ ਨੇ, ਭਰਾਵਾਂ ਵਰਗੇ ਨੇ, ਪਿਓਵਾਂ ਵਰਗੇ ਭਰਾ ਨੇ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਤੁਸੀਂ ਬੜੀ ਸਫਲਤਾ ਨਾਲ ਆਪਣਾ ਇਹ ਚੈਨਲ ਚਲਾ ਰਹੇ ਹੋ ਜੀ, ਦੈਨਿਕ ਸਵੇਰਾ। ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਔਰ ਅੱਜ ਇੱਥੇ ਪਹੁੰਚੇ ਹਾਂ ਜੀ, ਬਹੁਤ ਖੂਬਸੂਰਤ ਨਜ਼ਾਰਾ ਹੈ ਬਾਬਾ ਈਸ਼ਰ ਗਿਰ ਜੀ ਉਹਨਾਂ ਦੇ ਜਿਹੜੀ ਬਰਸੀ ਹੈ ਉਹਦੇ 'ਤੇ ਅਸੀਂ ਆਏ ਹਾਂ, ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਖੂਬਸੂਰਤ ਪਿਆਰੇ ਪਿਆਰੇ ਸੂਫੀ ਗਾਣੇ, ਪਿਆਰੇ ਪਿਆਰੇ ਨਗਮੇ ਸੁਣਾ ਕੇ ਨਿਹਾਲ ਕਰਾਂਗੇ। ਔਰ ਬਾਕੀ ਬੜਾ ਕੁਛ ਚੱਲ ਰਿਹਾ ਜੀ, ਪਹਿਲਾਂ ਤਾਂ ਬਹੁਤ ਸਾਰੀ ਠੰਡ ਚੱਲ ਰਹੀ ਹੈ ਅਤੇ ਰਜਾਈਆਂ ਚੱਲ ਰਹੀਆਂ ਨੇ, ਬਹੁਤ ਠੰਡ ਹੈ, ਪਰ ਮਿਊਜ਼ਿਕ ਦੇ ਨਿੱਗ ਦੇ ਨਾਲ ਉਹ ਠੰਡ ਥੋੜ੍ਹੀ ਅੱਜ ਘੱਟ ਕਰਾਂਗੇ, ਅੱਛੇ ਸ਼ਬਦਾਂ ਦੇ ਨਿੱਘ ਦੇ ਨਾਲ ਥੋੜ੍ਹੀ ਠੰਡ ਅੱਜ ਘੱਟ ਕਰਾਂਗੇ, ਅੱਛੇ ਕਲਾਮਾਂ ਦੇ ਨਾਲ, ਸੂਫੀ ਕਲਾਮਾਂ ਦੇ ਨਾਲ, ਪਿਆਰੇ ਗਾਣਿਆਂ ਦੇ ਨਾਲ ਦਰਸ਼ਕਾਂ ਨੂੰ ਬਹੁਤ ਨਿੱਘ ਦੇਵਾਂਗੇ, ਪਿਆਰ ਦਾ ਨਿੱਘ ਮਿਲੇਗਾ। ਸਲੀਮ ਜੀ, ਪਹਿਲੇ ਵੇਖਿਆ ਜੀ ਰਾਜਨੀਤੀ ਵਿੱਚ ਗਰਮਾਹਟ ਹੁੰਦੀ ਸੀ, ਰਾਜਨੀਤੀ ਗਰਮਾਉਂਦੀ ਸੀ, ਪਰ ਅੱਜ ਕੱਲ੍ਹ ਤੁਸੀਂ ਵੇਖਦੇ ਹੋ ਕਲਾਕਾਰ ਵੀ ਗਰਮਾਉਣ ਲੱਗ ਗਏ ਨੇ ਆਪਸ ਵਿੱਚ, ਥੋੜ੍ਹੇ ਸਮੇਂ ਪਹਿਲੇ ਗੱਲ ਕਰੀਏ ਤਾਂ ਇੱਕ ਦੂਜੇ ਨੂੰ ਚੈਲੰਜ ਕਰਤਾ ਕਰ ਦਿੰਦੇ ਨੇ, ਕੀ ਸਮਝਦੇ ਹੋ ਇੱਕ ਬੜਾ ਪਵਿੱਤਰ ਸਮਝਿਆ ਜਾਂਦਾ ਸੀ ਸੰਗੀਤ ਨੂੰ, ਉਹਦੇ ਵਿੱਚ ਇਸ ਤਰੀਕੇ ਦੀ ਚੀਜ਼ ਲੈ ਕੇ ਆਉਣਾ? ਭਾਅ ਜੀ, ਮੈਂ ਉਹਨਾਂ ਬਾਰੇ ਗੱਲ ਹੀ ਨਹੀਂ ਕਰਦਾ, ਬਿਕੋਜ਼ ਮੈਂ ਉਹਨਾਂ ਵਿੱਚੋਂ ਹੈ ਹੀ ਨਹੀਂ, ਜੀ ਬਿਲਕੁਲ, ਮੈਂ ਉਹਨਾਂ ਦੇ ਨਾਲ ਦਾ ਹੀ ਨਹੀਂ। ਉੱਦਾਂ ਉਹ ਮੇਰੇ ਸਾਰੇ ਭਰਾ ਨੇ, ਪਰ ਜਿਹੜੀ ਇਹ ਗੱਲ ਹੈ ਕਿ ਜੀ ਉਹਨੇ ਉਹਨੂੰ ਕਹਿਤਾ, ਉਹਨੇ ਉਹਨੂੰ ਚੈਲੰਜ ਕਰਤਾ, ਉਹਨੇ ਆਹ ਕਰਤਾ, ਮੈਂ ਇਸ ਗੱਲ ਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਜੋ ਜਿੱਦਾਂ ਕਰੇਗਾ ਉਹ ਉੱਦਾਂ ਹੀ ਉਹ ਭਰੇਗਾ, ਹੈ ਨਾ। ਤੁਸੀਂ ਜੋ ਕਰੀ ਜਾ ਰਹੇ ਹੋ ਉਹੀ ਰੱਬ ਨੇ ਤੁਹਾਨੂੰ ਦੇਣਾ ਹੈ ਵਾਪਸ, ਹੈ ਨਾ। ਸੋ ਮੈਂ ਸਿਰਫ ਆਪਣੀ ਗੱਲ ਕਰਨਾ, ਕਿਹੜਾ ਕਿਸੇ ਨੂੰ ਚੈਲੰਜ ਕਰ ਰਿਹਾ, ਕਿਹੜਾ ਨਹੀਂ ਕਰ ਰਿਹਾ, ਇਹ ਉਹਨਾਂ 'ਤੇ ਡਿਪੈਂਡ ਹੈ, ਜਿਹਦੀ ਜਿੱਦਾਂ ਦੀ ਸੋਚ ਹੈ ਉਹਨਾਂ ਦੀ ਉੱਦਾਂ ਦੀ ਗੱਲ ਕਰਨੀ। ਸਰ, ਸੋਸ਼ਲ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ, ਬਹੁਤ ਸਟਾਰ ਇਹਨੇ ਦਿੱਤੇ ਨੇ ਅੱਜ ਦੇ ਟਾਈਮ ਦੀ ਗੱਲ ਕਰੀਏ, ਕੀ ਸਮਝਦੇ ਹੋ
ਇੱਕ ਜਿਸ ਤਰੀਕੇ ਨਾਲ ਤੁਹਾਡੀ ਗੱਲ ਕਰ ਲੈਂਦੇ ਪਹਿਲੇ ਆਪਾਂ, ਇੱਕ ਬੜਾ ਲੰਬਾ ਸਫ਼ਰ ਰਿਹਾ ਬੋਲੀਵੁੱਡ ਤੱਕ ਦੀ ਗੱਲ ਕਰ ਲਈ ਆਪਾਂ, ਇੱਕ ਇਸ ਤਰੀਕੇ ਨਾਲ ਸਟਾਰ ਬਣਦੇ ਨੇ ਜਿਹੜੇ ਕਿ ਇੱਕਦਮ ਸਾਹਮਣੇ ਆਉਂਦੇ ਨੇ, ਕੀ ਸਮਝਦੇ ਹੋ? ਉਹ ਸਟਾਰ ਨਹੀਂ ਹੈ, ਅਸੀਂ ਵੀ ਸਟਾਰ ਨਹੀਂ ਹੈ, ਅਸੀਂ ਸੇਵਕ ਹਾਂ ਦੁਨੀਆ ਦੇ, ਅਸੀਂ ਦਾਸ ਹਾਂ ਦੁਨੀਆ ਦੇ, ਅਸੀਂ ਸੇਵਾ ਕਰ ਰਹੇ ਹਾਂ ਦੁਨੀਆ ਦੀ, ਉਹ ਸਟਾਰ ਹੋਣਗੇ, ਮੈਂ ਨਹੀਂ, ਮੈਂ ਤਾਂ ਸੇਵਕ ਹਾਂ। ਬਾਕੀ ਮਿਹਨਤ ਤੋਂ ਬਿਨਾਂ ਤੁਸੀਂ ਕੁਛ ਵੀ ਨਹੀਂ ਕਰ ਸਕਦੇ। ਆਹ ਮੇਰੇ ਕੋਲ ਮੋਬਾਈਲ ਆ, ਮੈਂ ਮੋਬਾਈਲ 'ਤੇ ਐਂ ਕਰਕੇ ਥੋੜ੍ਹਾ ਜਿਹਾ ਨਖਰੇ ਨੁਖਰੇ ਜਿਹੇ ਕਰਕੇ ਵੀਡੀਓ ਪਾ ਦੇਵਾਂ, ਉਹ ਚੱਲ ਜਾਣੇ ਆ ਮੋਬਾਈਲ 'ਤੇ ਜਾਂ ਸੋਸ਼ਲ ਮੀਡੀਆ 'ਤੇ। ਜਦੋਂ ਸਟੇਜ 'ਤੇ ਜਾਣਾ ਹੈ ਉਦੋਂ ਤਾਂ ਸਿਰਫ ਇਹ ਗਾਣਾ ਹੀ ਚੱਲਦਾ, ਮਿਹਨਤ ਚੱਲਦੀ ਹੈ, ਹੈ ਨਾ? ਉਦੋਂ ਉਹੀ ਚੀਜ਼ ਚੱਲਣੀ ਹੈ ਜਿਹਦਾ ਤੁਸੀਂ ਰਿਆਜ਼ ਕੀਤਾ, ਜਿਹਦਾ ਤੁਸੀਂ ਅਭਿਆਸ ਕੀਤਾ, ਹੈ ਨਾ? ਹੁਣ ਤਲਵਾਰ ਫੜ ਕੇ ਫੋਟੋ ਸਾਰੇ ਖਿਚਾ ਲੈਂਦੇ ਨੇ, ਪਰ ਉਹਨੂੰ ਚਲਾਉਣਾ ਬਹੁਤ ਮੁਸ਼ਕਲ ਹੈ। ਜੇ ਉਹਦਾ ਅਭਿਆਸ ਕੀਤਾ ਹੋਵੇ, ਤਲਵਾਰਬਾਜ਼ੀ ਸਿੱਖੀ ਹੋਵੇ, ਤਾਂਹੀਓ ਬੰਦਾ ਉਹ ਤਲਵਾਰ ਚਲਾ ਸਕਦਾ, ਉੱਦਾਂ ਥੋੜ੍ਹੀ, ਹੈ ਨਾ? ਆਹੀ ਚੀਜ਼ ਆ, ਹੋਰ ਕੁਛ ਨਹੀਂ। ਤੁਹਾਡੀਆਂ ਅਕਸਰ ਛੋਟੀ ਛੋਟੀ ਗੱਲਾਂ ਜੋ ਨੇ ਉਹ ਲੋਕ ਉਹਨਾਂ ਦੀ ਵੀਡੀਓ ਬਣਾ ਕੇ ਵਾਇਰਲ ਕਰਦੇ। ਮੈਂ ਬੜਾ ਖੁਸ਼ਕਿਸਮਤ ਹਾਂ ਕਿ ਅੱਜ ਦੀ ਇਸ ਜਿਹੜਾ ਯੁੱਗ ਹੈ, ਅੱਜ ਦਾ ਜਿਹੜਾ ਜ਼ਮਾਨਾ, ਜਿੱਥੇ ਲੋਕਾਂ ਨੂੰ ਸਿਰਫ ਇੱਕ ਦੂਜੇ ਦੇ ਨਾਲ ਨਫ਼ਰਤ ਹੀ ਨਜ਼ਰ ਆ ਰਹੀ ਹੈ, ਇੱਕ ਦੂਜੇ ਦੇ ਉੱਤੇ ਮਿਹਣੇ ਤਾਨੋ ਤਾਨੀ ਹੋਏ ਆ, ਉੱਥੇ ਮੈਨੂੰ ਕੋਈ ਨਹੀਂ ਕੁਛ ਕਹਿ ਰਿਹਾ, ਮੇਰੀਆਂ ਗੱਲਾਂ ਲੋਕ ਟਿਕਟੋਕ ਬਣਾ ਰਹੇ ਨੇ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਚਲੋ ਸ਼ੁਕਰ ਹੈ ਮਾਲਕ ਦਾ ਕਿ ਅੱਜ ਦੇ ਇੰਨੇ ਅਪਸੈਟ ਜਿਹੜੀ ਦੁਨੀਆ ਹੋਈ ਹੈ, ਟੈਂਸ ਭਰੇ ਮਾਹੌਲ 'ਚ, ਜੇ ਮੇਰੀ ਕਿਸੇ ਗੱਲ ਨੂੰ ਲੈ ਕੇ ਉਹ ਕੋਈ ਬੰਦਾ ਹੱਸਦਾ ਹੈ ਤਾਂ ਮੇਰੇ ਲਈ ਉਹ ਬੜੀ ਵੱਡੀ ਗੱਲ ਹੈ ਕਿ ਮੇਰੀ ਕਿਸੇ ਗੱਲ ਤੋਂ ਉਹਦੇ ਮਨ ਨੂੰ ਥੋੜ੍ਹੀ ਜਿਹੀ ਰਾਹਤ ਤਾਂ ਮਿਲੀ, ਸਕੂਨ ਮਿਲਿਆ। ਸਰ ਹੁਣ ਅੱਗੇ ਕੀ ਕੁਛ ਨਵਾਂ ਲੈ ਕੇ ਆ ਰਹੇ ਹੋ, ਕਿਉਂਕਿ ਲੋਕਾਂ ਨੂੰ ਇੰਤਜ਼ਾਰ ਰਹਿੰਦਾ ਹੈ ਕਿ ਸਲੀਮ ਸਾਹਿਬ ਦਾ ਕੁਛ ਆਵੇਗਾ, ਨਵਾਂ ਕੀ ਕੁਛ ਲੈ ਕੇ ਆ ਰਹੇ ਹੋ? ਨਵਾਂ ਸਰ ਸਾਲ ਆ ਰਿਹਾ, ਪਹਿਲਾਂ ਤਾਂ ਨਵਾਂ ਸਾਲ ਆ ਰਿਹਾ, ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ। 2020 ਆ ਰਿਹਾ ਜੀ, ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਨਵਾਂ ਇੱਕ ਗੀਤ ਆ ਰਿਹਾ ਜੀ, ਸੂਫੀ ਜਿਹਾ, ਬਹੁਤ ਸੂਫੀ ਰੰਗ ਦਾ ਗਾਣਾ ਹੈ, ਰੋਮੈਂਟਿਕ ਸੌਂਗ ਹੈ, ਸੁੱਕੀ ਲੱਕੜ, ਉਹ ਆ ਰਿਹਾ, ਉਹਦਾ ਵੀਡੀਓ ਬਹੁਤ ਸੋਹਣਾ ਬਣ ਗਿਆ, ਜਲਦ ਹੀ ਸਰੋਤਿਆਂ ਦੀ ਕਚਹਿਰੀ 'ਚ ਪੇਸ਼ ਕਰਾਂਗੇ। ਕੁਛ ਉਹ ਜੇ ਰਿਲੀਜ਼ ਕੀਤਾ ਹੈ, ਉਹ ਜੇ ਕੁਛ ਸੁਣ ਸਕਦੇ ਕੁਛ? ਮੈਂ ਸੁਣਾ ਦਿੰਦਾ। ਸੁੱਕੀ ਲੱਕੜ ਰਹੀ ਨਾ ਵੇ ਮੈਂ ਸਜਣਾ, ਸੁੱਕੀ ਲੱਕੜ ਰਹੀ ਨਾ ਵੇ ਮੈਂ ਸਜਣਾ, ਜਦੋਂ ਦੀ ਤੇਰੇ ਲੜ ਲੱਗ ਗਈ, ਤੇਰੇ ਇਸ਼ਕੇ ਦਾ ਪਾਣੀ ਐਸਾ ਪੀ ਲਿਆ, ਤੇਰੇ ਇਸ਼ਕੇ ਦਾ ਪਾਣੀ ਐਸਾ ਪੀ ਲਿਆ, ਵੇ ਮਾਇਆ ਮੇਰੀ ਜੜ ਲੱਗ ਗਈ, ਹੈ ਨਾ? ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ, ਸ਼ੁਭਕਾਮਨਾਵਾਂ ਦੇ ਲਈ। ਥੈਂਕ ਯੂ ਵੈਰੀ ਮਚ, ਥੈਂਕਸ। ਸਲੀਮ ਸਾਹਿਬ ਸਾਡੇ ਨਾਲ, ਸਲੀਮ ਸਾਹਿਬ ਸਾਡੇ ਨਾਲ ਮੌਜੂਦ ਸੀਗੇ, ਨਵਾਂ ਸੌਂਗ ਜੋ ਲੈ ਕੇ ਆ ਰਹੇ ਨੇ। ਬਾਕਮਾਲ ਤੁਸੀਂ ਸਾਰਿਆਂ ਨੇ ਵੀ ਸੁਣਿਆ ਹੈ ਸ਼ਾਇਦ, ਤੁਸੀਂ ਪਹਿਲੀ ਵਾਰ ਸੁਣੋਗੇ ਇਸ ਨੂੰ, ਅਤੇ ਸਾਡੇ ਵੀ ਸ਼ੁਭਕਾਮਨਾਵਾਂ ਦੇ ਨਾਲ ਨੇ ਕਿ ਫਿਊਚਰ ਵਿੱਚ ਜੋ ਹੈ ਬਹੁਤ ਹੀ ਅੱਛਾ, ਅਤੇ ਲੋਕਾਂ ਨੂੰ ਜੋ ਪਸੰਦ ਆਉਂਦਾ ਹੈ, ਲੋਕਾਂ ਦੀ ਨਬਜ਼ ਪਛਾਣਦੇ ਨੇ। ਕਿਹਾ ਜਾਂਦਾ ਕਿ ਸੰਗੀਤ ਆਤਮਾ ਦੀ ਖੁਰਾਕ ਹੁੰਦਾ ਹੈ, ਤਾਂ ਉਸਦੇ ਜਿਉਂਦੇ ਜਾਗਦੇ ਉਦਾਹਰਣ ਮਾਸਟਰ ਸਲੀਮ ਜੀ ਹੈਗੇ ਨੇ। ਸਾਡੀਆਂ ਸ਼ੁਭਕਾਮਨਾਵਾਂ ਇਹਨਾਂ ਦੇ ਨਾਲ ਨੇ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ? ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ 'ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ,
ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।